ਇਹਦੇ ਵਿੱਚ ਸਰਦਾਰ ਕੁਲਤਾਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਧਾਰਾ 306 ਥੱਲੇ 8 ਸਾਲ ਹੋਈ ਹੈ ਔਰ 388 ਥੱਲੇ 7 ਸਾਲ ਸਜ਼ਾ ਹੋਈ ਹੈ ਔਰ ਉਹਨਾਂ ਨੂੰ ਮੈਕਸੀਮਮ ਸਜ਼ਾ ਜਿਹੜੀ ਹੈ ਕੁਲਤਾਰ ਸਿੰਘ ਜੀ ਨੂੰ 8 ਸਾਲ ਹੋਈ ਹੈ ਯਾਨੀ ਔਰ ਸਾਰੀ ਸਜ਼ਾਵਾਂ ਕੱਟੀਆਂ ਚੱਲੀਆਂ ਇਸ ਕਾਰਨ ਉਹਨਾਂ ਨੂੰ 8 ਸਾਲ ਦੀ ਤੁਸੀਂ ਸਜ਼ਾ ਲੈ ਕੇ ਚੱਲੋ ਇਸ ਤੋਂ ਇਲਾਵਾ ਫਾਈਨ ਹੋਇਆ ਅਗਰ ਉਹ ਫਾਈਨ ਪੇ ਨਹੀਂ ਕਰਨਗੇ ਤਾਂ 1 ਸਾਲ ਉਹਨਾਂ ਨੂੰ ਹੋਰ ਐਕਸਟਰਾ ਫਿਰ 9 ਸਾਲ 'ਚ ਕਨਵਰਟ ਹੋ ਜਾਏਗੀ ਇਸੇ ਤਰ੍ਹਾਂ ਜਿਹੜੇ ਦੂਸਰੇ ਦੋਸ਼ੀ ਹੈ ਉਹਨਾਂ ਦੀ ਮੈਕਸੀਮਮ ਸਜ਼ਾ 8 ਸਾਲ ਹੀ ਹੈ ਅਗਰ ਉਹ ਨਹੀਂ ਪੇ ਕਰਨਗੇ ਤਾਂ ਉਹਨਾਂ ਨੂੰ ਵੀ 1 ਸਾਲ ਐਕਸਟਰਾ ਅੰਦਰ ਰਹਿਣਾ ਪਊਗਾ ਇਸ ਤੋਂ ਇਲਾਵਾ ਜਿਹੜੇ ਹਰਦੇਵ ਸਿੰਘ ਸੀਗੇ ਜਿਹੜੇ ਆਈਓ ਸੀਗੇ ਉਹਨਾਂ ਨੂੰ ਉਹਨਾਂ ਦੇ ਉੱਤੇ ਮੈਕਸੀਮਮ 4 ਸਾਲ ਦੀ ਕਨਵਿਕਸ਼ਨ ਹੈ ਜੀ ਹਰਦੇਵ ਸਿੰਘ ਜੀ ਬਾਕੀ ਸਾਰੇ ਮੰਗ ਕਿੰਨੀ ਕੀਤੀ ਸੀ ਅਸੀਂ ਮੰਗ ਸਰ ਸਾਰੇ ਸੈਕਸ਼ਨ ਦੇ ਵਿੱਚ ਅਲੱਗ ਅਲੱਗ ਅਸੀਂ ਤਾਂ ਕਿਹਾ ਸੀ ਸੈਪਰੇਟ ਮਿਲਣੀ ਚਾਹੀਦੀ ਹੈ ਇਹਨਾਂ ਦੀ ਜਿਹੜਾ ਕ੍ਰਾਈਮ ਇਹਨਾਂ ਨੇ ਕੀਤਾ ਜਿਹੜਾ ਹੀਨੀਅਸ ਟਾਈਪ ਆਫ ਕ੍ਰਾਈਮ ਕੀਤਾ ਉਹਦੇ ਵਿੱਚ ਸਜ਼ਾ ਜਿਹੜੀ ਸੈਪਰੇਟ ਮਿਲਣੀ ਚਾਹੀਦੀ ਸੀ ਅਗਰ ਇੱਕ ਇੱਕ ਅਫੈਂਸ ਜੇ 10-10 ਸਾਲ ਹੈ ਤਾਂ ਇਹਨਾਂ ਦੇ ਉਹ 10-10 ਸਾਲ ਕਰਕੇ ਹੀ ਸਾਰਿਆਂ ਨੂੰ ਅਲੱਗ ਅਲੱਗ ਕਨਵਿਕਸ਼ਨ ਕੋਰਟ ਨੇ ਕੌਨਕਰੈਂਟ ਕਰਤੀ ਯਾਨੀ ਕਿ ਸਾਰੀ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਇਹ ਸਰ ਹਾਂ ਸਰਜੀਤ ਵਿਰਕਾ ਜੀ ਇਸ ਕੇਸ ਦੇ ਐਡਵੋਕੇਟ ਨੇ ਉਹ ਅਪੀਲ ਜ਼ਰੂਰ ਕਰਨਗੇ ਜੀ ਉਹ ਕਦੀ ਸਿਸਟਮ ਨਾਲ ਕਦੀ ਥੱਕ ਟੁੱਟ ਕੇ ਉਹ ਬੈਠੇ ਨਹੀਂ ਹੈ ਕਦੀ ਘਰ ਉਹਨੇ ਬੜੀ ਲੰਬੀ ਲੜਾਈ ਲੜੀ ਹੈ 16 ਸਾਲਾਂ ਦੀ ਲੜਾਈ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਮਿਲੀ ਔਰ ਇਸ ਕੇਸ ਦੇ ਤੁਹਾਨੂੰ ਸਾਰਿਆਂ ਨੂੰ ਫੈਕਟਸ ਪਤਾ ਕਿਸ ਤਰ੍ਹਾਂ ਇਸ ਕੇਸ ਦੇ ਫਾਈਲਾਂ ਗੁੰਮ ਹੋਈਆਂ ਸਭ ਕੁਝ ਹੋਇਆ ਔਰ ਅਖੀਰ ਤੇ ਸਰਬਜੀਤ ਵੇਰਕੇ ਦੀ ਜਿੱਤ ਹੋਈ ਐਡਵੋਕੇਟ ਸਰਬਜੀਤ ਵੇਰਕੇ ਸਰ ਵੈਸੇ ਕਿੰਨੀ ਹੋਣੀ ਚਾਹੀਦੀ ਸੀ ਸਜ਼ਾ ਤੁਹਾਡੇ ਸਰ ਸਾਡੇ ਸਾਹਮਣੇ ਉਮਰ ਕੈਦ ਹੀ ਹੋਣੀ ਚਾਹੀਦੀ ਸੀ ਸਾਰਿਆਂ ਨੂੰ ਸਰ ਕਿੰਨੇ ਦੋਸ਼ੀ ਹੈਗੇ ਇਸ ਕੇਸ ਦੇ 6 ਦੋਸ਼ੀ ਹੈ ਸਰ ਨੈਚੁਰਲੀ ਅਸੀਂ ਤਾਂ ਇਹੀ ਕਹਿੰਦੇ ਹਾਂ ਜਸਟਿਸ ਡਿਲੇ ਜਸਟਿਸ ਡਿਨਾਈਲ ਵਾਲਾ ਹਿਸਾਬ ਹੋ ਗਿਆ ਮਗਰ ਫਿਰ ਵੀ ਐਸੀ ਪਾਵਰਸ ਦੇ ਖਿਲਾਫ ਅਗਰ ਕੋਈ ਖੜਾ ਹੁੰਦਾ ਅਗਰ ਲੜਦਾ ਹੈ ਸਿਸਟਮ ਦੇ ਖਿਲਾਫ ਲੜਦਾ ਤਾਂ ਪਲੀਜ਼ ਪ੍ਰੈਸ ਨੂੰ ਵੀ ਕਿਹਾ ਕਿ ਸਰਬਜੀਤ ਜਿਹੜਾ ਵੇਰਕਾ ਹੈ ਉਹਨੂੰ ਉਹ ਇਸ ਕੇਸ ਨੂੰ ਜਿੱਤਦਾ ਉਹੀ ਹੱਕਦਾਰ ਹੈ ਜੀ ਅਦਰਵਾਈਜ਼ ਸਿਸਟਮ ਦੇ ਖਿਲਾਫ ਕੋਈ ਨਹੀਂ ਲੜ ਸਕਦਾ ਹਾਂਜੀ ਨਾਮ ਕੀ ਨੇ ਸਰ ਹਰਦੀਪ ਸਿੰਘ ਪਹਿਲੇ ਸੀਗੇ ਪੁਲਿਸ ਆਫਿਸਰ ਜਿਹੜੇ ਇੰਸਪੈਕਟਰ ਸੀਗੇ ਸਬਰੀਨ ਕੌਰ ਜੀ ਫੈਮਿਲੀ ਦੇ ਮੈਂਬਰ ਹੈ ਕੁਲਤਾਰ ਸਿੰਘ ਹੈ ਪਲਵਿੰਦਰ ਕੌਰ ਹੈ ਪਲਵਿੰਦਰ ਸਿੰਘ ਹੈ ਅਤੇ ਮੋਹਿੰਦਰ ਸਿੰਘ ਹੈ ਸਰ ਇਹ 6 ਜਣੇ ਅਕਿਊਜ਼ ਸੀਗੇ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਬਈ ਦੇਖ ਸਕਦੇ ਜੀ ਤੁਸੀਂ ਕਿ ਅਦਾਲਤ ਵਿੱਚੋਂ ਬਾਹਰ ਲੈ ਕੇ ਆਇਆ ਜਾ ਰਿਹਾ ਹੈ ਇਹ ਕੁਲਤਾਰ ਸਿੰਘ ਤੁਹਾਨੂੰ ਦੱਸ ਦਈਏ ਕਿ ਕੁਲਤਾਰ ਸਿੰਘ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਹੈ ਹਰਦੇਵ ਸਿੰਘ ਨੂੰ DSP 4 ਸਾਲ ਦੀ ਸਜ਼ਾ ਮਹਿੰਦਰ ਸਿੰਘ 8 ਸਾਲ ਸਬਰੀਨ ਕੌਰ 8 ਸਾਲ ਪਰਵਿੰਦਰ ਕੌਰ ਉਹਨੂੰ ਵੀ 8 ਸਾਲ ਅਤੇ ਫਿਰ ਪਰਮਿੰਦਰ ਸਿੰਘ ਨੂੰ ਵੀ 8 ਸਾਲ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਦਾਲਤ ਤੋਂ ਬਾਹਰ ਹੁਣ ਸਜ਼ਾ ਤੋਂ ਬਾਅਦ ਅਦਾਲਤ ਤੋਂ ਬਾਹਰ ਲਿਆਂਦਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਹਾਂ ਕਿ ਕੁਲਤਾਰ ਸਿੰਘ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਆ ਮਾਨਯੋਗ ਕੋਰਟ ਵੱਲੋਂ ਹਰਦੇਵ ਸਿੰਘ DSP 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਆ ਮਹਿੰਦਰ ਸਿੰਘ ਨੂੰ 8 ਸਾਲ ਦੀ ਸਬਰੀਨ ਕੌਰ ਨੂੰ 8 ਸਾਲ ਦੀ ਪਰਵਿੰਦਰ ਕੌਰ ਉਹਨੂੰ ਵੀ 8 ਸਾਲ ਦੀ ਅਤੇ ਪਰਮਿੰਦਰ ਸਿੰਘ ਨੂੰ ਵੀ 8 ਸਾਲ ਦੀ ਸਜ਼ਾ ਸੁਣਾਈ ਗਈ ਆ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਈਏ ਹਰ ਕੋਈ ਇੰਤਜ਼ਾਰ ਕਰਦਾ ਪਿਆ ਸੀ ਹਰ ਕਿਸੇ ਨੂੰ ਇੰਤਜ਼ਾਰ ਸੀ ਕਿ ਮਾਨਯੋਗ ਕੋਰਟ ਵੱਲੋਂ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ ਇਹਨਾਂ ਆਰੋਪੀਆਂ ਨੂੰ ਅਤੇ ਆਰੋਪੀ ਜਿਹੜੇ ਨੇ ਹੁਣ ਪੁਲਿਸ ਦੀ ਸੁਰੱਖਿਆ ਦੇ ਹੇਠ ਅਦਾਲਤ ਵਿੱਚੋਂ ਬਾਹਰ ਲਿਆਂਦਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਅਦਾਲਤ ਤੋਂ ਬਾਹਰ ਵੱਡੀ ਪੁਲਿਸ ਫੋਰਸ ਜਿਹੜੀ ਹੈ ਤੈਨਾਤ ਕੀਤੀ ਗਈ ਨਾਲ ਦੇ ਨਾਲ ਅਤੇ ਇਹ ਆਰੋਪੀਆਂ ਨੂੰ ਅਦਾਲਤ ਵਿੱਚ ਸਜ਼ਾ ਦੇ ਹੋਣ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਦੇ ਹੇਠ ਬਾਹਰ ਲਿਆਂਦਾ ਜਾ ਰਿਹਾ ਯਾਰ ਲੱਕੀ ਮਾਈਕ ਥੱਲੇ ਕਰ ਰਿਹਾ ਯਾਰ ਵੀ ਬਣ ਕੇ ਮਾਈਕ ਮਾਈਕ
ਆਰੀਆਂ ਦੇ ਸੁਰੱਖਿਆ ਹੈਂਡ ਕਮਾਂਡੋ ਫੋਰਸ ਜਿਹੜੀ ਹੈ ਉਹ ਨਾਲ ਲੱਗੀ ਹੋਈ ਹੈ ਅਤੇ 8 ਸਾਲ ਦੀ ਸਜ਼ਾ 8-8 ਸਾਲ ਦੀ ਸਾਰਿਆਂ ਨੂੰ ਸਜ਼ਾ ਹੋਈ ਦੇ ਇੱਕ ਨੂੰ ਵਿੱਚੋਂ 4 ਸਾਲ ਦੀ ਸਜ਼ਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਹ ਤੁਸੀਂ ਦੇਖ ਸਕਦੇ ਕਿ ਆਰੋਪੀਆਂ ਨੂੰ ਕੋਰਟ ਵੱਲੋਂ ਜਿਹੜੇ ਨੇ ਉਹ ਕੁਲਜਾਰ ਸਿੰਘ ਦੇਖ ਰਹੇ ਕਿ ਉਹ ਕੁਲਜਾਰ ਸਿੰਘ ਇਹਨਾਂ ਨੂੰ ਜਿਹੜੀ ਆ ਸੁਣਾਈ ਗਈ ਆ ਕੋਸ਼ਿਸ਼ ਕਰਾਂਗੇ ਕੁਲਜਾਰ ਸਿੰਘ ਜੀ ਕੀ ਤੁਹਾਨੂੰ ਸਰ ਲਾਕਾ ਨਿਵਾਸੀ ਤੁਹਾਨੂੰ ਜਰਨਲ ਸੋ ਦੇਖ ਸਕਦੇ ਜੇ ਤਸਵੀਰਾਂ ਨੋ ਕਮੈਂਟਸ ਕਿਹਾ ਗਿਆ ਕਿ ਨੋ ਕਮੈਂਟਸ ਮੈਂ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਸੋ ਦੇਖ ਸਕਦੇ ਜੇ ਕਿ ਉਹਨਾਂ ਕੋਲ ਗੱਡੀ ਦੇ ਵਿੱਚ ਬਾਇਆ ਗਿਆ ਉਹਨਾਂ ਨੂੰ ਅਤੇ ਹੁਣ ਇੱਥੋਂ ਸਿੱਧਾ ਜੇਲ੍ਹ ਲੈ ਭੇਜਿਆ ਜਾਏਗਾ ਹਰਦੀਪ ਸਿੰਘ ਨੇ ਆਪਣੇ ਪੂਰੇ ਪਰਿਵਾਰ ਦੀ ਜਾਨ ਗਵਾਈ ਸੀ ਪਰਿਵਾਰ ਦੀ ਜਾਨ ਪੂਰੇ ਪਰਿਵਾਰ ਦੀ ਜਾਨ ਜਿਹੜੀ ਗਵਾਈ ਸੀ ਸੋ ਤਸਵੀਰਾਂ ਦੇਖ ਸਕਦੇ ਜੇ ਇਸ ਵੇਲੇ ਤੁਹਾਨੂੰ ਦੱਸਦੀ ਹੈ ਕਿ 8-8 ਸਾਲ ਸਾਰਿਆਂ ਨੂੰ ਸਜ਼ਾ ਦਿੱਤੀ ਗਈ ਹੈ ਅਤੇ ਸਿਰਫ ਇੱਕ ਹੀ ਦੋਸ਼ੀ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਆ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਦੇਖ ਸਕਦੇ ਜੇ ਕਿ ਇਸ ਵੇਲੇ ਮੀਡੀਆ ਦੇ ਨਾਲ ਵੀ ਗੱਲਬਾਤ ਕਰਨ ਦੀ ਮੀਡੀਆ ਨੇ ਕੋਸ਼ਿਸ਼ ਪੂਰੀ ਕੀਤੀ ਗੱਲਬਾਤ ਕਰਨ ਦੀ ਪਰ ਕਿਸੇ ਵੱਲੋਂ ਗੱਲਬਾਤ ਨਹੀਂ ਕਰਨ ਦਿੱਤੀ ਲਗਾਤਾਰ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਸਜ਼ਾ ਹੋਣ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਹੈ ਪੂਰੀ ਸੁਰੱਖਿਆ ਜਿਹੜੀ ਕਿ ਸਾਫ ਸਾਫ ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਸੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਹਨਾਂ ਆਰੋਪੀਆਂ ਨੂੰ ਸਜ਼ਾ ਸੁਣਾਈ ਗਈ ਸੀ ਅਤੇ ਸਜ਼ਾ ਸੁਣਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਜੇਲ੍ਹ ਵੱਲ ਨੂੰ ਭੇਜਿਆ ਜਾਏਗਾ ਫਿਰ ਦੁਬਾਰਾ ਦੱਸ ਦਿੰਦੇ ਕਿ ਕੁਲਤਾਰ ਸਿੰਘ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਹਰਦੇਵ ਸਿੰਘ DSP ਨੂੰ 4 ਸਾਲ ਦੀ ਸਜ਼ਾ ਮਹਿੰਦਰ ਸਿੰਘ ਨੂੰ 8 ਸਾਲ ਫਿਰ ਸਰਬਜੀਤ ਕੌਰ ਨੂੰ ਸਪਰੀਨ ਕੌਰ ਨੂੰ 8 ਸਾਲ ਦੀ ਸਜ਼ਾ ਪਰਵਿੰਦਰ ਕੌਰ ਨੂੰ 8 ਸਾਲ ਦੀ ਫਿਰ ਪਰਵਿੰਦਰ ਸਿੰਘ ਨੂੰ ਵੀ 8 ਸਾਲ ਦੀ ਸਜ਼ਾ ਇਹ ਪੂਰੇ ਪਰਿਵਾਰ ਵੱਲੋਂ ਆਤਮ ਹੱਤਿਆ ਕੀਤੀ ਗਈ ਸੀ ਹਰਦੀਪ ਸਿੰਘ ਨੇ ਆਪਣੀ ਮਾਂ ਦੋ ਬੱਚੇ ਅਤੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਨਾਲ ਖੁਦ ਵੀ ਮੌਤ ਦੀ ਨੀਂਦ ਸੋ ਗਿਆ ਸੀ ਉਹਦੇ ਵੱਲੋਂ ਦੀਵਾਰਾਂ ਉੱਤੇ ਕੁਝ ਸੁਸਾਈਡ ਨੋਟ ਲਿਖੇ ਗਏ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਪੁਲਿਸ ਵੱਲੋਂ ਲਗਾਤਾਰ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਹਰਾਸ ਕੀਤਾ ਜਾ ਰਿਹਾ ਜਿਹਦੀ ਵਜ੍ਹਾ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਅਤੇ ਉਦੋਂ ਤੋਂ ਹੀ ਕੇਸ ਜਿਹੜਾ ਹੈ ਲਗਾਤਾਰ ਚੱਲ ਰਿਹਾ ਸੀ ਪਰ ਅੱਜ ਮਾਨਯੋਗ ਕੋਰਟ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਸਜ਼ਾ ਸੁਣਨ ਤੋਂ ਬਾਅਦ ਹੁਣ ਸਿੱਧਾ ਇਹਨਾਂ ਨੂੰ ਜਿਹੜੇ ਆਰੋਪੀ ਨੇ ਉਹਨਾਂ ਨੂੰ ਜੇਲ੍ਹੇ ਭੇਜਿਆ ਜਾਏਗਾ